ਸੱਚੀ ਗੱਲ ਜੀ ਸਾਰਿਆਂ ਨੂੰ ਸੁਣਾਉਣਾ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ 17968 ਨਵੇਂ ਕੇਸ 86 ਦੀ ਹੋਈ ਮੌਤ 9540 ਮਰੀਜ਼ ਠੀਕ 249224 ਇਟਲੀ ਦੇ ਵਿੱਚ ਪੋਜ਼ੀਟਿਵ ਬੰਦੇ ਮੌਜੂਦ ਨੇ ਤਕਰੀਬਨ ਪੌਣੇ 6 ਲੱਖਾਂ ਜਿਹੜੇ ਟੈਸਟ ਕੀਤਾ ਗਿਆ ਤੇ 3.18 ਜਿਹਦੀ ਤਾਸੂ ਦੀ ਪੋਜ਼ੀਟਿਵਿਟੀ ਜਿਹੜੀ ਚੱਲ ਰਹੀ ਸੀ ਬਾਦਿਆਂ ਜੀ ਸਭ ਤੋਂ ਪਹਿਲੀ ਖਬਰ ਵਾਲ ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ ਜੀ ਰੋਜ਼ਾਨਾ ਸਪੋਕਸਮੈਨ ਦੇ ਉੱਤੇ ਤੁਸੀਂ ਜਾ ਕੇ ਇਸ ਖਬਰ ਨੂੰ ਦੇਖ ਸਾਦੇ ਦੱਸਿਆ ਜਾ ਰਿਹਾ ਹੈ ਕਿ ਕਰੋਨਾ ਦੇ ਦੋ ਵਾਇਰਸ ਦੇ ਜਿਹੜੇ ਕੇਸ ਹੈ ਜਿਹੜਾ ਓਮੀਕਰੋਨ ਵਾਇਰਸ ਜਿਹਦੇ ਤੋਂ ਡਰ ਲੱਗ ਰਿਹਾ ਜੀ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਤੇ ਆਏ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ 에ਅਰਪੋਰਟ ਤੇ ਜਿਹੜੇ ਵਾਇਰਸ ਆਏ ਨੇ ਮਿਲਾਨ ਤੋਂ ਆਏ ਸਨ ਦੋ ਯਾਤਰੀ ਜੋ ਪੋਜ਼ੀਟਿਵ ਸਨ ਤੇ ਇਸ ਟਾਈਮ ਇਟਲੀ ਦੀਆਂ ਖ਼ਬਰਾਂ ਦੇ ਵਿੱਚ ਇਹ ਖ਼ਬਰ ਨਹੀਂ ਆਈ ਪਰ ਅਸੀਂ ਤੁਹਾਨੂੰ ਦੱਸਤਾ ਕਿ ਰੋਜ਼ਾਨਾ ਸਪੋਕਸਮੈਨ ਦੇ ਉੱਤੇ ਜਾ ਕੇ ਤੁਸੀਂ ਇਸ ਜਿਹੜੀ ਖ਼ਬਰ ਦੀ ਪੁਸ਼ਟੀ ਕਰ ਸਕਦੇ ਹੋ ਜੀ ਅਗਲੇ ਅਪਡੇਟ ਵੱਲ ਚਲਦੇ ਹਾਂ ਜੀ ਅਗਲਾ ਅਪਡੇਟ ਆ ਜੀ ਇਟਲੀ ਦੇ ਵਿੱਚ ਅਗਲਾ ਅਪਡੇਟ ਬਿਚੈਂਸਾ ਤੋਂ ਆ ਰਿਹਾ ਜੀ ਜਿੱਥੇ ਏਜ਼ੋਰ ਚੀਜ਼ ਨੂੰ ਕੀਤਾ ਗਿਆ ਏਜ਼ੋਰ ਚੀਜ਼ ਨੂੰ ਮਤਲਬ ਪੂਤ ਪਹਜਾਣ ਦੀ ਇੱਕ ਇੱਕ ਪ੍ਰਥਾ ਹੁੰਦੀ ਹੈ ਇੱਕ ਰੀਤ ਹੁੰਦੀ ਹੈ ਇੱਕ ਵਿਧੀ ਹੁੰਦੀ ਹੈ ਜਿਹਨੂੰ ਚਰਚ ਦੇ ਜਿਹੜੇ ਫਾਦਰ ਹੁੰਦੇ ਨੇ ਤੇ ਉਹਨਾਂ ਦੇ ਨਾਲ ਜਿਹੜੇ ਬੰਦੇ ਉਹ ਸਭ ਰਲ ਕੇ ਪਹਜਾਣਦੇ ਨੇ ਦੱਸਿਆ ਜਾ ਰਿਹਾ ਕਿ 9 ਘੰਟੇ ਲਗਾਤਾਰ ਇੱਕ 28 ਸਾਲ ਦੀ ਕੁੜੀ ਦੇ ਵਿੱਚ ਉਹਨਾਂ ਨੇ ਮੰਤਰਾਂ ਦਾ ਜਾਪ ਜਿਹੜੇ ਵਾਈਬਲ ਦੇ ਹੁੰਦੇ ਨੇ ਉਹ ਪੜਪ ਕੇ ਉਹਦੇ ਵਿੱਚੋਂ ਕੀਤਾ ਤੇ 9 ਘੰਟਿਆਂ ਦੇ ਬਾਅਦ ਉਹ ਬੇਹੋਸ਼ ਹੋ ਗਈ ਇਹਨੂੰ ਘਰ ਲੈ ਕੇ ਗਏ ਤੇ ਉਹਨਾਂ ਨੇ ਦੱਸਿਆ ਕਿ ਇਹ ਹੁਣ ਤੱਕ ਵੀ ਬਿਲਕੁਲ ਠੀਕ ਨਹੀਂ ਹੋਈ ਕੁੜੀ ਪਾਗਲ ਹੋਈ ਸੀ ਪਾਗਲਾ ਵਾਂਗ ਇਧਰ ਉਧਰ ਨੱਠ ਰਹੀ ਸੀ ਕੰਧਾਂ ਕੋਠੀਆਂ ਤੇ ਅਲਮਾਰੀਆਂ ਤੇ ਚੜ ਰਹੀ ਸੀ ਤੇ ਜਿਹੜਾ ਨੇੜੇ ਆ ਰਿਹਾ ਸੀ ਉਹਨੂੰ ਦੰਦੀਆਂ ਵੱਢਦੇ ਸਨ ਉਹਨੂੰ ਮਾਰ ਰਹੀ ਸੀ ਇਹ ਦੱਸਿਆ ਜਾ ਰਿਹਾ ਕਿ ਹੁਣੇ ਜਿਹੜਾ ਕੇਸ ਆ ਵਿਜੈਂਸੇ ਤੋਂ ਬਰੋਨਾ ਦੇ ਜਿਹੜੇ ਫਾਦਰ ਨੇ ਉਹਨਾਂ ਦੇ ਕੋਲ ਪਹੁੰਚਾ ਦਿੱਤਾ ਗਿਆ ਜੀ ਕਿਉਂਕਿ ਉਹ ਇਹਨਾਂ ਦੇ ਨਾਲੋਂ ਜ਼ਿਆਦਾ ਨਹੀਂ ਇਹ ਵੀ ਦੱਸ ਰਹੇ ਨੇ ਕਿ ਇਦਾਂ ਦੇ ਜਿਹੜੇ ਕੇਸ ਹੈ ਨਹੀਂ ਕਿ ਆ ਫਿਲਮੀ ਕੇਸ ਨਹੀਂ ਹੈਗੇ ਕਿਸੇ ਬੰਦੇ ਦੇ ਵਿੱਚ ਸੱਚੀ ਹੀ ਕੋਈ ਸਾਇਆ ਕੋਈ ਭੂਤ ਜਾਂ ਸ਼ੈਤਾਨ ਅਸੀਂ ਕਹਿ ਸਕਦੇ ਹੋਂ ਸਕਦਾ ਹੈ ਕੇਸ ਅੱਜ ਦੀ ਦੁਨੀਆ ਦੇ ਵਿੱਚ ਵੀ ਸੰਭਵ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੀ ਇਹ ਜਿਹੜੇ ਕੇਸ ਇਸ ਤਰ੍ਹਾਂ ਦੇ ਕਾਰਨ ਤੋਂ ਪਹਿਲਾਂ ਉਹਨਾਂ ਦਾ ਸਾਈਕਾ ਜਿਹੜੇ ਪਸੀਕੋਲੋਗੋ ਹੁੰਦਾ ਤੇ ਉਹਨਾਂ ਦਾ ਟੈਸਟ ਕੀਤਾ ਜਾਂਦਾ ਜੀ ਉਹਨਾਂ ਦੇ ਨਾਲ ਦੇਖਿਆ ਜਾਂਦਾ ਕੀ ਇਹ ਸੋਚਣ ਸਮਝਣ ਦੇ ਕਾਬਿਲ ਆ ਕੀ ਇਹ ਇੱਕ ਏਜ਼ੋਰ ਚੀਜ਼ਮ ਦਾ ਮਾਮਲਾ ਕਿ ਜਾਂ ਫਿਰ ਇਸ ਬੰਦੇ ਨੂੰ ਹਸਪੀਟਲ ਦੇ ਭੇਜਣ ਦੀ ਭੇਜਣ ਦੀ ਜਿਹੜੀ ਲੋੜ ਆ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਹੀ ਜਿਹੜੀ ਪ੍ਰਥਾ ਏਜ਼ੋਰ ਚੀਜ਼ਮ ਨੂੰ ਇਟਾਲੀ ਦੇ ਵਿੱਚ ਕਰਦੇ ਆ ਇਹ ਸ਼ੁਰੂ ਕੀਤੀ ਜਾਂਦੀ ਹੈ ਇੰਗਲਿਸ਼ ਦੇ ਵਿੱਚ ਇਹਨੂੰ ਏਗਜ਼ੋਰ ਚੀਜ਼ਮ ਕਹਿੰਦੇ ਆ ਜੋ ਫਿਲਮਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਿੱਦਾਂ ਕਿ 1920 ਫਿਲਮ ਦੇ ਵਿੱਚ ਵੀ ਇਹ ਕੀਤੀ ਗਈ ਸੀ ਇਟਲੀ ਦੇ ਵਿੱਚ ਕਾਫੀ ਜਿਹੜੇ ਜਗ੍ਹਾ ਦੇ ਵਿੱਚ ਸਰਕਾਰ ਨੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੇ ਹੈ ਜਿਨ੍ਹਾਂ ਦੇ ਵਿੱਚ ਦੱਸਿਆ ਹੈ ਕਿ ਮੀਂਹ ਬਰਫ ਪਾਣੀ ਨੌਰ ਦੇ ਵਿੱਚ ਬਰਫ ਤੇ ਸਾਊਥ ਦੇ ਵਿੱਚ ਦੱਸਿਆ ਹੈ ਮੀਂਹ ਨੇਰੀ ਕਾਫੀ ਚੱਲਣੀ ਹੈ ਦੇਖੋ ਜੀ ਮਿਲਾਨ ਦੇ ਵਿੱਚ ਦਿਨ ਬੁੱਧਵਾਰ ਨੂੰ 8 ਦਸੰਬਰ ਨੂੰ ਪੈ ਗਈ ਬਰਫ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 10-10 ਸੈਂਟੀਮੀਟਰ ਪੈ ਗਈ ਹੈ ਜੀ ਤੇ ਕਾਫੀ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਉੱਥੇ ਦੇ ਜਿਹੜੇ ਬੰਦੇ ਨੇ ਉਹ ਕਹਿ ਰਹੇ ਨੇ ਉੱਥੇ ਦੇ ਜਿਹੜੇ ਸਰਪੰਚ ਨੇ ਉਹ ਕਹਿ ਰਹੇ ਨੇ ਕਿ ਆਪਣੀਆਂ ਜਿਹੜੀਆਂ ਗੱਡੀਆਂ ਦਾ ਇਸਤਮਾਲ ਘੱਟ ਤੋਂ ਘੱਟ ਕਰੋ ਕਿਉਂਕਿ ਬਰਫ਼ ਪੈਂਦੀ ਹੀ ਖਰੀ ਲੱਗਦੀ ਹੈ ਇਸ ਤੋਂ ਬਾਅਦ ਜਿਹੜਾ ਨੁਕਸਾਨ ਹੁੰਦਾ ਹੈ ਉਹ ਕੁਝ ਇਸ ਤੋਂ ਜ਼ਿਆਦਾ ਖਰਾਬ ਹੁੰਦਾ ਤੇ ਇੱਕ ਵਾਰ ਫਿਰ ਕੱਲ ਦਿਨ 9 ਦਸੰਬਰ ਦੇ ਲਈ 12 ਇਟਲੀ ਦੀਆਂ ਸਟੇਟਾਂ ਨੂੰ ਫਿਰ ਆਪਣੇ ਮੌਸਮ ਵਿਭਾਗ ਨੇ ਜਿਹੜੀ ਚੇਤਾਵਨੀ ਦਿੱਤੀ ਹੈ ਜੀ ਤੇ ਇਹ ਨੋਟ ਕਰ ਲਓ ਜੀ ਅਬਰੂਤਸੋ ਬਾਜ਼ਿਲੀਕਾਤਾ ਕਲਾਬਰੀਆ ਕੰਪਾਨੀਆ ਲਾਟਸਿਓ ਮੁਲੀਜ਼ੇ ਪੂਲਿਆ ਉੰਬਰੀਆ ਦੇ ਵਿੱਚ ਉਸ ਤੋਂ ਬਾਅਦ ਕੁਝ-ਕੁਝ ਸਰਦੇਨੀਆ ਦੇ ਸਿਚੀਲੀਆ ਦੇ ਵਿੱਚ ਵੀ ਜਿਹੜੇ ਸ਼ਿੱਟੇ ਪੈਣ ਦੀ ਗੱਲਬਾਤ ਕੀਤੀ ਗਈ ਆ। ਬਾਕੀ ਜਿਹੜਾ ਆਪਣਾ ਨੌਰਥ ਦਾ ਏਰੀਆ ਇਹਦੇ ਵਿੱਚ ਬਰਫਬਾਰੀ ਵੀ ਦੱਸੀ ਆ ਜੀ ਪਰ ਇਹਨਾਂ ਪੱਕਾ ਨਹੀਂ ਹੈਗਾ ਪਹਾੜੀ ਏਰੀਆ ਚ ਤਾਂ ਚਲੋ ਇਹ ਨਹੀਂ ਕਿਹਾ ਕਿ ਬਰਫ ਪੈਣੀ ਆ। ਅਗਲਾ ਅਪਡੇਟ ਚੱਲਦੇ ਆ ਜੀ ਅਗਲਾ ਅਪਡੇਟ ਆ ਰਿਹਾ ਜੀ ਕਿ ਇੱਕ ਕੁੜੀ ਨੂੰ ਘਰ ਚ ਬੰਨ ਕੇ ਰੱਖਿਆ। ਕਿਉਂ? ਕਾਰਨ ਇਹ ਆ ਜੀ ਕਹਿੰਦੀ ਸੀ ਕਿ ਮੈਂ ਬਣਾਣਾ ਬਿਊਟੀ ਪਾਰਲਰ, ਬਣਾਣਾ ਮੈਂ ਬਿਊਟੀ ਪਾਰਲਰ ਦਾ ਕੋਰਸ ਕਰਨਾ। ਉਹਦੇ ਘਰ ਦੇ ਨੇ ਗਿਆ ਕਿ ਤੈਨੂੰ ਹਵਾ ਬਹੁਤ ਲੱਗ ਗਈ ਹੈ ਜਿਹੜੀ ਤੂੰ ਬਿਊਟੀ ਪਾਰਲਰ ਬਣਾ ਤੈਨੂੰ ਕੰਟੇਨ ਦੇ ਵਿੱਚ 14 ਸਾਲ ਦੀ ਉਮਰ ਦੀ ਨੂੰ ਬੰਨ ਕੇ ਰੱਖਿਆ ਗਿਆ ਇਹ ਸਭ ਉਹਦੇ ਨਾਲ ਅੱਜ ਤੋਂ 4-5 ਸਾਲ ਪਹਿਲਾਂ ਹੋਇਆ ਤੇ 18 ਸਾਲ ਦੀ ਜਦ ਹੋਈ ਇਹ ਪਿਛਲੇ ਮਹੀਨੇ ਹੀ ਉਹਨੇ ਪੁਲਿਸ ਨੂੰ ਸਾਰੀ ਗੱਲਬਾਤ ਦੱਸੀ ਮਰਾਕੋ ਤੋਂ ਇਹ ਕੁੜੀ ਸੀ ਜਿਸ ਟਾਈਮ 16 ਸਾਲ ਦੀ ਸੀ ਤੇ ਇਹਨੂੰ ਲੈ ਕੇ ਉੱਥੇ ਗਏ ਸੀ ਤੇ ਇਹਦੇ 32 ਸਾਲ ਦੇ ਇਹਦੇ ਕਜ਼ਨ ਦੇ ਨਾਲ ਵਿਆਹ ਕਰਾਣਾ ਸੀ ਫੈਰਾਰਾ ਦਾ ਇਹ ਕੇਸ ਹੈ ਜੀ ਤੇ ਹੁਣ ਉਹਦੇ ਜਿਹੜੇ ਘਰਦਿਆਂ ਨੂੰ ਜੇਲ੍ਹ ਕਰ ਦਿੱਤੀ ਗਈ ਹੈ ਜੀ ਕਿਉਂਕਿ ਉਹਦੇ ਨਾਲ ਉਹਨਾਂ ਨੇ ਬਦਸਲੂਕੀ ਕੀਤੀ ਹੈ ਅਗਲਾ ਵੀਡੀਓ ਵੀ ਆ ਰਿਹਾ ਜੀ WHO ਕਹਿ ਰਹੇ ਨੇ ਜਾਂ ਫਿਰ ਬਹੁਤ ਪਾਸੇ ਖਬਰਾਂ ਦੇ ਵਿੱਚ ਸੁਣਨ ਨੂੰ ਇਸ ਟਾਈਮ ਮਿਲ ਰਿਹਾ ਜੀ ਕਿ ਇਹ ਜੋ ਵਾਇਰਸ ਵਾ ਇਹ ਵਾਇਰਸ ਡੈਲਟਾ ਵਾਇਰਸ ਦੇ ਨਾਲੋਂ ਥੋੜਾ ਘੱਟ ਖਤਰਨਾਕ ਹੈ ਖਤਰਨਾਕ ਹੈ ਪਰ ਉਨਾ ਖਤਰਨਾਕ ਨਹੀਂ ਜਿੰਨਾ ਡੈਲਟਾ ਵਾਇਰਸ ਤੇ ਅੱਜ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਉਹ ਆ ਜੀ ਕਿ ਗਿਣਤੀ ਗਿਣਤੀ ਨਹੀਂ ਕਰ ਸਕਦੇ 100 200 ਇਸੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੀਆਂ ਚਿੜੀਆਂ ਅਸਮਾਨ ਤੋਂ ਡਿੱਗੀਆਂ ਇਹ ਜਿਹੜੀ ਗੱਲ ਹੋਈ ਆ ਦੱਸਿਆ ਜਾ ਰਿਹਾ ਕਿ ਸਪੇਨ ਦੇ ਵਿੱਚ ਹੋਇਆ ਮੀਂਹ ਰਾ ਮੀਂਹ ਦੇ ਵਾਂਗ ਅਸਮਾਨ ਤੋਂ ਚਿੜੀਆਂ ਡਿੱਗੀਆਂ ਨੇ ਤੇ ਸੜਕਾਂ ਦੇ ਉੱਤੇ ਜਿਹੜੀਆਂ ਚਿੜੀਆਂ ਦੀਆਂ ਲਾਸ਼ਾਂ ਪਈਆਂ ਸਨ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਕੋਈ ਉੜਦੇ ਆਉਣਦੇ ਵਿੱਚ ਕੋਈ ਪ੍ਰੋਬਲਮ ਆ ਗਈ ਜਾਂ ਫਿਰ ਇਹਨਾਂ ਦੇ ਵਿੱਚ ਸਾਹ ਦੀ ਪ੍ਰੋਬਲਮ ਆਈ ਕੁਝ ਨਾ ਕੁਝ ਤਾਂ ਜ਼ਰੂਰ ਹੋਇਆ ਕਿ ਜਿਹੜਾ ਐਨੀ ਵੱਡੀ ਮਾਤਰਾ ਦੇ ਵਿੱਚ 26 11 2021 ਦੀ ਦੱਸਿਆ ਜਾ ਰਹੀ ਕਿਸੇ ਗੱਲਬਾਤ ਗੱਲ ਹੈ ਜੀ ਜਦੋਂ ਚਿੜੀਆਂ ਡਿਗੀਆਂ ਸਨ ਤੇ ਇਸ ਟਾਈਮ ਵੀ ਨਹੀਂ ਦੱਸਿਆ ਗਿਆ ਅਸਲ ਕਾਰਨ ਕੀ ਆ ਪੰਜ ਜੀ ਆ ਚਾਰ ਜੀ ਆ ਜਾਂ ਫਿਰ ਹੋਰ ਇਹਨਾਂ ਨੇ ਕਿਤੇ ਪਾਣੀ ਪੀਤਾ ਹੋਵੇ ਫਿਲਹਾਲ ਕੁਝ ਵੀ ਨਹੀਂ ਦੱਸਿਆ ਪਰ ਇਹੀ ਦੱਸਿਆ ਕਿ ਕਾਫੀ ਚਿੜੀਆਂ ਸੜਕਾਂ ਤੇ ਡਿਗੀਆਂ ਸਨ ਬਾਅਦਿਆਂ ਜੀ ਆਪਣੇ ਅਗਲੇ ਅਪਡੇਟ ਵੱਲ ਆਸਰੀਆ ਤੋਂ ਇੱਕ ਵਾਰ ਫਿਰ ਦੱਸ ਦਈਏ ਕਿ ਦਿਨ ਸ਼ਨੀਵਾਰ ਨੂੰ ਜਿਹੜੇ ਠੀਕ ਹੋਏ ਬੰਦੇ ਨੇ ਉਹਨਾਂ ਲਈ ਵੈਕਸੀਨ ਦਾ ਜਿਹੜਾ ਲੌਕਡਾਊਨ ਖਤਮ ਹੋ ਜਾਣਾ ਫਾਈਜ਼ਰ ਦੀ ਜਿਹੜੀ ਕੰਪਨੀ ਹੈ ਕਹਿ ਰਹੇ ਜੀ ਕਿ ਫਾਈਜ਼ਰ ਦੇ ਤੋਂ ਨਨ ਡੋਜ਼ ਲਵਾਓ ਤੇ ਉਹ ਵੀ ਕਰਨ ਤੋਂ ਛਟਕਾਰਾ ਪਾਓ ਦਾਵਾ ਕਰ ਰਹੇ ਨੇ ਕਿ ਸਾਡੀ ਜਿਹੜੀ ਵਾਇਰਸ ਦੀ ਜਿਹੜੀ ਸਾਡੀ ਜਿਹੜੀ ਇਹ ਖਰਾਕ ਸਾਡੀ ਜਿਹੜੀ ਵੈਕਸੀਨ ਇਹਦੇ ਨਾਲ ਤੁਹਾਨੂੰ ਨਹੀਂ ਹੋ ਸਕਦਾ ਦੋ ਦੇ ਨਾਲ ਤੁਸੀਂ ਮਾੜੇ ਮੋਟੇ ਆ ਪਰ ਜੇਕਰ ਤੁਸੀਂ ਤਿੰਨ ਡੋਜ਼ ਲਵਾਉਗੇ ਤਾਂ ਤੁਸੀਂ ਚੰਗੀ ਤਰ੍ਹਾਂ ਪ੍ਰੋਟੈਕਟ ਹੈ ਜੀ ਇੰਗਲੈਂਡ ਵਾਦਾ ਕਰ ਰਿਹਾ ਜੀ ਇੰਗਲੈਂਡ ਦੇ ਵਿੱਚ ਇੱਕ ਵਾਰ ਫਿਰ ਦੱਸਿਆ ਜਾ ਰਿਹਾ ਕਿ ਗ੍ਰੀਨ ਪਾਸ ਸ਼ੁਰੂ ਹੋ ਜਾਣੇ ਕਿਉਂਕਿ ਜੌਨਸਨ ਬੋਰਿਸ ਜੌਨਸਨ ਜੀ ਦਾ ਬਿਆਨ ਆਇਆ ਕਹਿ ਰਹੇ ਨੇ ਫਿਰ ਉਹਨਾਂ ਨੇ ਫਾਈਨੈਂਸ਼ੀਅਲ ਟਾਈਮਸ ਨੂੰ ਇੱਕ ਇੰਟਰਵਿਊ ਦਿੱਤਾ ਜਿਹਦੇ ਵਿੱਚ ਦੱਸਿਆ ਜੀ ਕਹਿੰਦੇ ਕਿ ਹੁਣ ਜੈਸੇ ਨੂੰ ਤੈਸਾ ਕਰਨਾ ਪੈਣਾ ਜੀ ਜਿੱਥੇ ਜ਼ਿਆਦਾ ਕੱਟ ਹੁੰਦੇ ਨੇ ਉੱਥੇ ਇਹਨਾਂ ਨੇ ਆਪਣਾ ਗ੍ਰੀਨ ਪਾਸ ਲਾਗੂ ਕਰ ਦੇਣਾ ਗ੍ਰੀਨ ਪਾਸ ਲਾਗੂ ਕਰਨ ਦਾ ਮਤਲਬ ਕਿ ਜਿਨ੍ਹਾਂ ਨੂੰ ਵੈਕਸੀਨ ਲੱਗੀ ਆ ਸਾਰਾ ਕੁਝ ਹੈ ਇਹ ਦੇਖਣਾ ਪੈਣਾ ਤੇ ਇਟਲੀ ਵਿੱਚ ਮੁੜ ਕੇ ਵਾਪਸ ਆਨੇ ਜੀ ਵੇਨੇਟੋ ਦੇ ਵਿੱਚ ਕਾਫੀ ਜੜ ਸਾਢੇ 3000 ਜਿਹੜਾ ਨਵਾਂ ਕੇਸ ਆ ਜਿਸ ਕਾਰਨ ਉੱਥੇ ਦੇ ਜਿਹੜੇ ਪ੍ਰਧਾਨ ਨਿਊ ਕਹਿ ਰਹੇ ਨੇ ਜੀ ਉਹ ਕਹਿੰਦੇ ਨੇ ਕਿ ਸਾਨੂੰ ਜਿਹੜਾ ਨਤਾਲੇ ਇਸ ਟਾਈਮ ਪੀਲੇ ਜ਼ੋਨ ਦੇ ਵਿੱਚ ਹੀ ਕੱਢਣਾ ਪੈਣਾ ਜੀ ਤੇ ਇੱਕ ਗੱਲ ਹੋਰ ਸਾਹਮਣੇ ਆਈ ਏ ਜੀ ਕਿ ਮਾਲਟਾ ਦੇ ਵਿੱਚ ਵਿਕ ਰਹੇ ਨੇ ਨਕਲੀ ਗ੍ਰੀਨ ਪਾਸ 500 ਯਰੋ ਇਹਦਾ ਰੇਟ ਦੱਸਿਆ ਜਾ ਰਿਹਾ ਹੈ ਜੀ ਇਸ ਗੱਲ ਦੀ ਜਿਹੜੀ ਪੋਸਟੀ ਆ ਟਵਿੱਟਰ ਦੇ ਉੱਤੇ ਇੱਕ ਸਟੂਡੈਂਟ ਆ ਜੋ ਕਿ ਯੂਨੀਵਰਸਿਟੀ ਕੈਂਟ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਏ ਜੀ ਉਨੇ ਟਵਿੱਟਰ ਦੇ ਵਿੱਚ ਦੱਸਿਆ ਤੇ ਕਿਹਾ ਕਿ ਸਾਨ ਛਾੜ ਦੇ ਜਿਹੜੇ ਫੈਮਿਲੀ ਮੈਂਬਰ ਨੇ ਉੱਥੇ ਗਏ ਤੇ 500 ਯੂਰੋ ਦੇ ਵਿੱਚ ਉਹਨਾਂ ਨੇ ਗ੍ਰੀਨ ਪਾਸ ਬਣਾ ਲਏ ਜਿਸ ਟਾਈਮ ਜੋ ਕਿ ਗ੍ਰੀਨ ਪਾਸ ਫਿਰ ਸਾਰੇ ਪਾਸੇ ਵੈਲਿਡ ਆ ਇਸ ਤਰ੍ਹਾਂ ਬੰਦੇ ਹੁਣ ਜਿੰਨੇ ਵੀ ਮਾਲਟਾ ਦੇ ਵਿੱਚ ਜਾ ਰਹੇ ਨੇ ਜਾਂ ਲਾਸਟਲੇ ਦਿਨਾਂ ਤੋਂ ਜਾ ਕੇ ਆ ਕਿ ਗ੍ਰੀਨ ਪਾਸ ਜਿਨ੍ਹਾਂ ਨੇ ਬਣਾਇਆ ਹੋਊਗਾ ਤੇ ਹੁਣ ਪੁਲਿਸ ਉਹਨਾਂ ਸਾਰਿਆਂ ਨੂੰ ਜ਼ਰੂਰ ਚੈੱਕ ਕਰੂਗੀ ਕਿਉਂਕਿ ਇਹ ਇੱਕ ਨਵੀਂ ਗੱਲ ਆ ਜੋ ਸਾਹਮਣੇ ਆਈ ਆ ਜੀ ਓਮੀਕਰੋਨ ਦੇ ਉੱਤੋਂ ਇੱਕ ਨਵੀਂ ਕੁਝ ਨਵੇਂ ਗੱਲਾਂ ਪਤਾ ਪਤਾ ਲੱਗੀਆਂ ਨੇ ਜਿਹੜੀਆਂ ਨੇ ਕਿ ਜਿਹੜਾ ਅਫਰੀਕਾ ਦੇ ਵਿੱਚੋਂ ਸਾਊਥ ਅਫਰੀਕਾ ਦੇ ਵਿੱਚ ਸਭ ਤੋਂ ਪਹਿਲਾਂ ਇਹਨੂੰ ਲੱਭਿਆ ਗਿਆ ਤੇ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਜੀ ਕਹਿੰਦੇ ਕਿ ਜਿਹੜਾ ਐਂਟੀਕੋਰਪੀ ਹੁੰਦੀ ਹੈ ਸਰੀਰ ਦੇ ਵਿੱਚ ਐਂਟੀਬਾਡੀ ਹੁੰਦੀ ਹੈ ਉਹ ਇਸ ਇਹ ਉਹਨਾਂ ਨੂੰ ਘਟਾ ਦਿੰਦਾ ਜਿਸ ਕਾਰਨ ਇਦਾਂ ਦਾ ਕੰਮ ਹੋ ਜਾਂਦਾ ਤੇ ਸਿਜੀਲੀਆ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਸਪੈਸ਼ਲ ਤੌਰ ਤੇ ਜਵਾਨਾਂ ਦੇ ਵਿੱਚ 18 ਤੋਂ 30 ਸਾਲ ਜਿਹਨਾਂ ਦੀ ਉਮਰ ਉਹਨਾਂ ਦੇ ਵਿੱਚ ਕੇਸ ਜਿਹੜੇ ਕਾਫੀ ਹੱਦ ਤੱਕ ਜਿਹੜੇ ਵਧਦੇ ਜਾ ਰਹੇ ਨੇ ਤੇ ਗ੍ਰੀਨ ਪਾਸ ਦੀ ਜੇਕਰ ਗੱਲ ਕਰੀਏ ਕੱਲ तकरीबन 133000 ਬੰਦਿਆਂ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 611 ਨੂੰ ਜੁਰਮਾਨਾ ਕੀਤਾ ਗਿਆ ਤੇ ਕਾਫੀ ਸਾਰੀਆਂ ਮਾਰਕਟਾਂ ਨੂੰ ਚੈੱਕ ਕੀਤਾ ਗਿਆ ਕਾਫੀ ਸਾਰੀਆਂ ਜਿਹੜੀਆਂ ਦੁਕਾਨਾਂ ਨੇ ਇਹਨਾਂ ਨੂੰ ਬੰਦ ਕੀਤਾ ਗਿਆ ਕਾਰਨ ਕੀ ਹੈ ਕਿਉਂਕਿ ਸਰਕਾਰ ਦੇ ਕਾਨੂੰਨਾਂ ਦੇ ਹਿਸਾਬ ਦੇ ਨਾਲ ਉਹ ਨਹੀਂ ਚੱਲ ਰਹੀਆਂ ਸਨ ਮਿਲਾਂਗੇ ਜੀ ਹੁਣ ਆਪਣੇ ਅਗਲੇ ਅਪਡੇਟ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਕੋਈ ਅਪਡੇਟ ਨਹੀਂ ਆਇਆ ਫਲਾਈਟਾਂ ਬੰਦ ਹੋਣੀਆਂ ਕਿ ਨਹੀਂ ਹੋਣੀਆਂ ਫਿਲਹਾਲ ਨਹੀਂ ਅਪਡੇਟ ਪਰ ਇੰਡੀਆ ਦੇ ਵਿੱਚ ਜੇਕਰ ਇਟਲੀ ਤੋਂ ਸੱਚ ਵਿੱਚ ਹੀ ਕੋਈ ਵਾਇਰਸ ਗਿਆ ਜੀ ਤਾਂ ਫਿਰ ਪ੍ਰੋਬਲਮ ਹੋ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ